ਸਤਿਗੁਰੂ ਜੀ ਨੇ ਸ਼ਾਂਤੀ ਕੇਵਲ ਸ਼ਾਂਤੀ ਹੈ ਤੇ ਹਜ਼ੂਰ ਨੇ ਉਸ ਨੂੰ ਪੁਜਦਲੀ ਕਿਹਾ ਹੈ ਅਸੀਂ ਐਸੇ ਸ਼ਾਂਤੀ ਦੇ ਪੁਜਾਰੀ ਨਹੀਂ ਆ ਕਿ ਸਾਡੇ ਸਾਹਮਣੇ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਜਾਵੇ ਗਰੀਬ ਮਾਰ ਹੋਵੇ ਅਸੀਂ ਕਹੀਏ ਜੀ ਅਸੀਂ ਤਾਂ ਮਾਰਾ ਫੇਰਨ ਵਾਲੇ ਸੰਤਾਂ ਹਜ਼ੂਰ ਨੇ ਕਿਹਾ ਅਕਾਲ ਪੁਰਖ ਨੂੰ ਸੰਬੋਧਨ ਹੁੰਦਿਆਂ ਹੇ ਰੱਬ ਹੇ ਸੱਸ ਹੇ ਕਰੁਣਾ ਨਿਤ ਮੇਰੀ ਅਬੈ ਸੁਣ ਲੀਜੈ ਔਰ ਨਾ ਮੰਗਤ ਹੋ ਤੂੰ ਤੇ ਕੱਛ ਚਾਹਤ ਹੋ ਚਿਤ ਮੈਂ ਸੋਏ ਕੀਜੈ ਸੱਚੇ ਪਾਤਸ਼ਾਹ ਨੇ ਇਹਨਾਂ ਦੋਵਾਂ ਨਾਵਾਂ ਨਾਲ ਕਿਉਂ ਚੇਤੇ ਕੀਤਾ ਕਿਉਂਕਿ ਚੰਦਰਮਾ ਕੇਵਲ ਠੰਡਾ ਹੈ ਸੂਰਜ ਕੇਵਲ ਗਰਮ ਹੈ ਗਰੀਬ ਨਵਾਜ਼ ਸਤਿਗੁਰੂ ਜੀ ਨੇ ਸਾਨੂੰ ਨਾਮ ਦੀ ਸ਼ਾਂਤੀ ਵੀ ਦਿੱਤੀ ਹੈ ਤੇ ਸ਼ਸਤਰ ਵਿੱਦਿਆ ਸਿਖਾ ਕੇ ਮਹਾਰਾਜ ਨੇ ਜ਼ੁਲਮ ਨੂੰ ਨਾਸ਼ ਕਰਨ ਲਈ ਵੀਰ ਰਸ ਵੀ ਦਿੱਤਾ ਸੱਚੇ ਪਾਤਸ਼ਾਹ ਨੇ ਇਹ ਦੋਹਾਂ ਹੀ ਸਾਧ ਸੰਗਤ ਦੀ ਪੱਖਾਂ ਦੇ ਨਾਲ ਖਾਲਸਾ ਸੰਪੂਰਨ ਹੁੰਦਾ ਹੈ ਖੜੀ ਸੰਭਾਲੀ ਜਾਪੇ ਮੌਤ ਹੀ ਮੌਤ ਹੀ